ਅੱਜਕੱਲ ਨਵਾਂ ਫੈਸ਼ਨ ਸ਼ੁਰੂ ਹੋ ਗਿਆ ਲਾਸਿਕ ਲੇਜ਼ਰ ਫਲਾਣ ਸਮਾਈਲ ਲੇਜ਼ਰ ਪਤਾ ਨਹੀਂ ਕਿੰਨੇ ਲੇਜ਼ਰ ਆ ਗਏ ਨੇ ਔਰ ਲੱਖਾਂ ਰੁਪਏ ਲੱਗਦੇ ਨੇ ਐਨੇ ਲੱਖਾਂ ਰੁਪਏ ਵੀ ਲਾ ਰਹੇ ਹੋ ਤੇ ਤੁਸੀਂ ਆਪਣੀਆਂ ਅੱਖਾਂ ਨੂੰ ਅਮੀਰ ਰਿਸਕ ਤੇ ਪਾ ਰਹੇ ਹੋ ਇਹਦੇ 10 ਮਿਲੀਅਨ ਫਾਲੋਅਰ ਹੈਗੇ ਨੇ ਇੰਸਟਾਗ੍ਰam ਤੇ ਬਿਗ ਬਾਸ ਚ ਗਈ ਸੀ ਲੇਕਿਨ ਇਹਨੇ ਤਾਂ ਚਲੋ ਮਜਬੂਰੀ ਨਾਲ ਪਾਇਆ ਇਹਦੇ ਰੋਲ ਦੀ ਡਿਮਾਂਡ ਸੀ ਇਹਨੂੰ ਸ਼ੂਟਿੰਗ ਵਾਸਤੇ ਕਲਰਡ ਲੈਂਸੇਸ ਲਗਾਣੇ ਪਏ ਪیشنل ਮਜਬੂਰੀ ਸੀ ਇਹਦੀ ਇਹਨੂੰ ਰੋਲ ਦੇ ਕਰਕੇ ਲਗਾਉਣਾ ਪਿਆ ਇਹਨੂੰ ਰੋਲ ਦੇ ਕਰਕੇ ਕਲਰਡ ਲੈਂਸ ਲਗਾਉਣੇ ਪਏ ਲੇਕਿਨ ਗੱਲ ਇਹ ਹੈ ਜੀ ਇਹ ਜੋ ਕੁਝ ਹੋਇਆ ਹੈ ਇਹਦੇ ਤੋਂ ਅਸੀਂ ਲੈਸਨ ਲਈ ਆਮ ਲੋਕ ਜਿਹੜੇ ਲੈਂਸ ਯੂਜ਼ ਕਰਦੇ ਨੇ ਉਹਨਾਂ ਨੂੰ ਹੀ ਕਿਦਾਂ ਲੈਂਸ ਲਗਾਣੇ ਨੇ ਕਿਦਾਂ ਉਤਾਰਨੇ ਨੇ ਰਾਤ ਨੂੰ ਉਤਾਰ ਕੇ ਲੈਂਸ ਪਾਣੀ ਚ ਲਿਕਵਿਡ ਚ ਰੱਖਣੇ ਨੇ ਇਹਨਾਂ ਸਾਰੇ ਚੀਜ਼ਾਂ ਦੀ ਲੈਂਸ ਲਗਾਉਣ ਤੋਂ ਪਹਿਲਾਂ ਟ੍ਰੇਨਿੰਗ ਲੈਣੀ ਚਾਹੀਦੀ ਹੈ ਜਦੋਂ ਲੈਂਸ ਲਗਾਇਆ ਹੋ ਸਕਦਾ ਹੈ ਇਹਦਾ ਲੈਂਸ ਠੀਕ ਨਾ ਲੱਗਿਆ ਹੋਵੇ ਇਹਨੂੰ ਖਾਰਿਸ਼ ਹੋਈ ਹੋਵੇ ਔਰ ਇਹਨੇ ਉਹ ਤੋ ਰਗੜ ਦਿੱਤਾ ਹੋਵੇ ਸੋ ਇੱਕ ਕਾਰਨੀਅਲ ਅਲਸਰ ਹੋ ਜਾਂਦਾ ਹੈ ਇਹ ਜਿਹੜਾ ਇਹਨੂੰ ਹੋਇਆ ਉਹ ਕਾਰਨੀਅਲ ਅਲਸਰ ਨਾਮ ਦੀ ਬਿਮਾਰੀ ਹੋ ਜਾਂਦੀ ਹੈ ਅਲਸਰ ਮੀਨ ਜ਼ਖਮ ਜੀ ਸੋ ਕਾਰਨੀਆ ਤੇ ਜ਼ਖਮ ਹੋ ਗਿਆ ਤੁਸੀਂ ਤਾਂ ਲੇਜ਼ਰ ਦੀ ਗੱਲ ਕਰ ਰਹੇ ਹੋ ਮੈਂ ਤਾਂ ਕਹਿੰਦਾ ਲੈਂਸ ਵੀ ਨਹੀਂ ਲਗਾਉਣਾ ਚਾਹੀਦਾ ਇੰਨਾ ਕੁ ਫਰਕ ਹੈ ਲੈਂਸ ਔਰ ਰੈਨਿਕ ਚ ਸਿਰਫ ਆ ਸਾਈਡ ਦੀ ਵਿਜ਼ਨ ਘਟਦੀ ਹੈ ਹੋਰ ਕੁਝ ਫਰਕ ਨਹੀਂ ਯਾ ਸੁੰਦਰਤਾ ਸੁੰਦਰਤਾ ਮਨ ਚ ਹੁੰਦੀ ਹੈ ਨਾ ਕਿ ਅੱਖਾਂ ਚ ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹੈ ਹੈਲਥ ਟੌਪ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਲੇਜ਼ਰ ਅਤੇ ਲੈਂਸੇਪ ਪਜ਼ਾਤਰ ਅੱਜਕੱਲ ਦੇ ਦੌਰ ਦੇ ਵਿੱਚ ਅਜੀਹਾ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੇ ਨੌਜਵਾਨ ਵਰਗ ਹੈ ਖਾਸ ਕਰਕੇ ਲੜਕੀਆਂ ਜਿਆਦਾ ਅਟਰੈਕਟਿਵ ਦਿਖਣ ਦੇ ਲਈ ਜਿਹੜਾ ਕਿ ਐਨਕ ਦੀ ਬਜਾਏ ਲੇਜ਼ਰ ਕਰਵਾ ਕੇ ਲੈਂਸੇ ਨੂੰ ਜਿਹੜਾ ਕਿ ਜਿਆਦਾ ਤਰਜੀਹ ਦੇ ਰਹੇ ਹਨ ਪਰ ਅਜੀਹਾ ਕਰਨਾ ਕਾਫੀ ਜ਼ਿਆਦਾ ਘਾਤਕ ਸਾਬਤ ਹੋ ਰਿਹਾ ਇੱਕ ਫੇਮਸ ਐਕਟ੍ਰੈਸ ਜੋ ਕਿ ਬਿੱਗ ਬਾਸ ਦੇ ਵਿੱਚ ਵੀ ਪਾਰਟਿਸਿਪੇਟ ਕਰ ਚੁੱਕੀ ਹੈਗੀ ਹੈ ਜੈਸਮੀਨ ਪਸੀਨ ਅਤੇ ਉਹਨਾਂ ਦੇ ਵੱਲੋਂ ਜਦੋਂ ਲੇਜ਼ਰ ਕਰਵਾ ਕੇ ਲੈਂਸ ਪਾਏਗੇ ਤਾਂ ਉਹਨਾਂ ਨੂੰ ਖਮਿਆਜ਼ਾ ਇਸ ਕਦਰ ਭੁਗਤਣਾ ਪਿਆ ਕਿ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚੱਲ ਗਈ ਹੈ ਗੰਭੀਰ ਮੁੱਦੇ ਦੇ ਉੱਪਰ ਆਪਾਂ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ ਮੇਰੇ ਨਾਲ ਅਸਿਸਟੈਂਟ ਪ੍ਰੋਫੈਸਰ ਜਿਹੜੇ ਹੈਗੇ ਨੇ ਐਚ ਐਸ ਖਰਬੰਦਾ ਜੀ ਮੌਜੂਦ ਨੇ ਗੱਲਬਾਤ ਕਰਨੀ ਹੈ ਖਰਬੰਦਾ ਜੀ ਆਪਦੇ ਦੌਰ ਦੇ ਵਿੱਚ ਜਿਹੜਾ ਕਿ ਲੇਜ਼ਰ ਦਾ ਦੌਰ ਹੈਗਾ ਆ ਲੈਂਸ ਪੁਆਰੇ ਨੇ ਪਰ ਤੁਸੀਂ ਐਨਕਾ ਲਾ ਕੇ ਬੈਠੇ ਹੋ ਯੈਸ ਮੈਂ ਨਹੀਂ ਬੈਠਾ ਜਿੰਨੇ ਵੀ ਤੁਸੀਂ ਮੈਂ ਤਾਂ ਚਲੋ ਜਨਰਲ ਡਾਕਟਰ ਆ ਜਿੰਨੇ ਜੇ ਤੁਸੀਂ ਅੱਖਾਂ ਦੇ ਡਾਕਟਰਾਂ ਨੂੰ ਮਿਲੋਗੇ ਤੇ 100 ਚੋਂ 90 ਨੂੰ ਐਨਕ ਲੱਗੀ ਮਿਲੇਗੀ 100 ਚੋਂ 99 ਨੂੰ ਮੈਂ ਕਹਿੰਦਾ ਫੇ ਕਹਿ ਦਈਏ ਕਿ ਉਹ ਆਪਣਾ ਟ੍ਰੀਟਮੈਂਟ ਆਪ ਨਹੀਂ ਕਰਦੇ ਬਿਲਕੁਲ ਕਰਦੇ ਨੇ ਦੇਖੋ ਇਹ ਸਾਡੀਆਂ ਅੱਖਾਂ ਦਾ ਗਹਿਣਾ ਹੈ ਅੱਛਾ ਇਹ ਲਗਾ ਕੇ ਜੇ ਤੁਹਾਡਾ ਦਿਖਣਾ ਠੀਕ ਹੋ ਜਾਂਦਾ ਹੈ ਤੇ ਇਹਦੇ ਵਿੱਚ ਨੁਕਸਾਨ ਕੀ ਹੈ ਮੈਂ 8ਵੀਂ ਕਲਾਸ ਦਾ ਲਾਇਆ ਜੀ ਅੱਛਾ ਅੱਜ ਤੱਕ ਲੱਗਿਆ ਕੋਈ ਤਕਲੀਫ ਹੀ ਨਹੀਂ ਹੈ ਸੋ ਇਹ ਤਾਂ ਸਮਝ ਦੀ ਗੱਲ ਹੈ ਇਹ ਜਿਹੜਾ ਅੱਜ ਕੱਲ ਨਵਾਂ ਫੈਸ਼ਨ ਸ਼ੁਰੂ ਹੋ ਗਿਆ ਲਾਸਿਕ 레이జర్ ਫਲਾਣ ਸਮਾਈਲ 레이జర్ ਪਤਾ ਨਹੀਂ ਕਿੰਨੇ 레이జర్ ਆ ਗਏ ਨੇ ਔਰ ਲੱਖਾਂ ਰੁਪਏ ਲੱਗਦੇ ਨੇ ਐਨੇ ਲੱਖਾਂ ਰੁਪਏ ਵੀ ਲਾ ਰਹੇ ਹੋ ਤੇ ਤੁਸੀਂ ਆਪਣੀਆਂ ਅੱਖਾਂ ਨੂੰ ਅਮੀਰ ਰਿਸਕ ਤੇ ਪਾ ਰਹੇ ਹੋ ਇਹ ਮੈਂ ਤੁਹਾਨੂੰ ਤੁਸੀਂ ਜਿਹੜਾ ਐਗਜ਼ਾਮਪਲ ਦਿੱਤਾ ਹੈ ਨਾ ਜੈਸਮੀਨ ਦਾ ਇਹਦੇ 10 ਮਿਲੀਅਨ ਫਾਲੋਅਰ ਹੈਗੇ ਨੇ ਇੰਸਟਾਗ੍ਰam ਤੇ। ਪਰ ਮੈਂ ਮੈਂ ਤੁਹਾਨੂੰ ਉਹੀ ਸਮਝਾਉਣਾ ਚਾਹਨਾ ਇਹ ਬਿਗ ਬਾਸ ਚ ਗਈ ਸੀ ਲੇਕਿਨ ਇਹਨੇ ਤਾਂ ਚਲੋ ਮਜਬੂਰੀ ਨਾਲ ਪਾਇਆ ਇਹਦੇ ਰੋਲ ਦੀ ਡਿਮਾਂਡ ਸੀ ਇਹਨੂੰ ਸ਼ੂਟਿੰਗ ਵਾਸਤੇ ਕਲਰਡ ਲੈਂਸੇਸ ਲਗਾਣੇ ਪਏ। ਦੇਖੋ ਕਿ ਪਹਿਲੇ ਹੀ ਰੱਬ ਨੇ ਜਿਹੜੀ ਕਿ ਪੂਰੀ ਰੀਚ ਨਾਲ ਖੂਬਸੂਰਤੀ ਦਿੱਤੀ ਹੈ ਪਰ ਆਪਣੇ ਆਪ ਨੂੰ ਹੋਰ ਜਿਹੜਾ ਅਟਰੈਕਟਿਵ ਦਿਖਣ ਦਾ ਗਲਤੀ ਦਾ ਖਮਿਆਸਾ ਇਸ ਕੋਲਰ ਪੋਕਿਤ ਨਹੀਂ ਨਹੀਂ ਇਹ ਪ੍ਰੋਫੈਸ਼ਨਲ ਮਜਬੂਰੀ ਸੀ ਇਹਦੀ ਇਹਨੂੰ ਰੋਲ ਦੇ ਕਰਕੇ ਲਗਾਣਾ ਪਿਆ ਇਹਨੂੰ ਰੋਲ ਦੇ ਕਰਕੇ ਕਲਰਡ ਲੈਂਸ ਲਗਾਉਣੇ ਪਏ ਲੇਕਿਨ ਗੱਲੇ ਆ ਜੀ ਇਹ ਜੋ ਕੁਝ ਹੋਇਆ ਇਹਦੇ ਤੋਂ ਅਸੀਂ ਲੈਸਨ ਲਈਏ ਆਮ ਲੋਕ ਜਿਹੜੇ ਲੈਂਸ ਯੂਜ਼ ਕਰਦੇ ਨੇ ਉਹਨਾਂ ਨੂੰ ਹੀ ਕਿਦਾਂ ਲੈਂਸ ਲਗਾਣੇ ਨੇ ਕਿਦਾਂ ਉਤਾਰਨੇ ਨੇ ਰਾਤ ਨੂੰ ਉਤਾਰ ਕੇ ਲੈਂਸ ਪਾਣੀ ਚ ਲਿਕਵਿਡ ਚ ਰੱਖਣੇ ਨੇ ਇਹਨਾਂ ਸਾਰੇ ਚੀਜ਼ਾਂ ਦੀ ਲੈਂਸ ਲਗਾਉਣ ਤੋਂ ਪਹਿਲਾਂ ਟ੍ਰੇਨਿੰਗ ਲੈਣੀ ਚਾਹੀਦੀ ਹੈ ਮੈਂ ਤਾਂ ਕਹਿਣਾ ਲੈਂਸ ਲਗਾਉਣ ਨਾਲੋਂ ਜਿਹੜੇ ਲੋਕ ਤੁਸੀਂ ਤਾਂ ਲੇਜ਼ਰ ਦੀ ਗੱਲ ਕਰ ਰਹੇ ਹੋ ਮੈਂ ਤਾਂ ਕਹਿੰਦਾ ਲੈਂਸ ਵੀ ਨਹੀਂ ਲਗਾਣਾ ਚਾਹੀਦਾ ਇੰਨਾ ਕੁ ਫਰਕ ਹੈ ਲੈਂਸ ਹੋ ਰੈਨਿਕ ਚ ਸਿਰਫ ਆ ਸਾਈਡ ਦੀ ਵਿਜ਼ਨ ਘਟਦੀ ਹੈ ਹੋਰ ਕੁਝ ਫਰਕ ਨਹੀਂ ਹੈ ਅੱਛਾ ਯਾ ਸੁੰਦਰਤਾ ਸੁੰਦਰਤਾ ਮਨ ਚ ਹੁੰਦੀ ਹੈ ਨਾ ਕਿ ਅੱਖਾਂ ਚ ਇਹ ਸੋਚ ਕੇ ਚੱਲਣਾ ਪਏਗਾ ਲੇਕਿਨ ਇਹ ਹੋਇਆ ਕਿ ਇਸ ਆਪਾਂ ਜਸਮੀਨ ਦਾ ਐਗਜ਼ਾਮਪਲ ਲਈਏ ਵੀ ਜਦੋਂ ਲੈਂਸ ਲਾਇਆ ਹੋਇਆ ਕਿ ਅਲਟੀਮੇਟਲੀ ਜਦੋਂ ਲੈਂਸ ਲਗਾਇਆ ਹੋ ਸਕਦਾ ਹੈ ਇਹਦਾ ਲੈਂਸ ਠੀਕ ਨਾ ਲੱਗਿਆ ਹੋਵੇ ਇਹਨੂੰ ਖਾਰਿਸ਼ ਹੋਈ ਹੋਵੇ ਔਰ ਇਹਨੇ ਉਹ ਤਾਂ ਰਗੜ ਦਿੱਤਾ ਉਹਨੂੰ ਉਸ ਰਗੜਨ ਦੇ ਨਾਲ ਸਾਡੇ ਕੰਨ ਅੱਖਾਂ ਦੇ ਅੰਦਰ ਇੱਕ ਬਲੈਕ ਹਿੱਸਾ ਤੇ ਇੱਕ ਵਾਈਟ ਹਿੱਸਾ ਹੈ। ਜ਼ਿਆਦਾਤਰ ਹਿੱਸਾ ਚਿੱਟਾ ਹੈ। ਚਿੱਟੇ ਹਿੱਸੇ નીચે ਕੁਝ ਨਹੀਂ ਹੈ ਜਿਹੜਾ ਕਾਲਾ ਹਿੱਸਾ ਹੈ ਇਹਦੇ ਬਿਲਕੁਲ ਸੈਂਟਰ 'ਚ ਬਰੀਕ ਜਿਹਾ ਹੈਗਾ ਲੈਂਸ ਤੇ ਉਹਦੇ ਅੰਦਰ ਦਿਖ ਰਿਹਾ ਜਿਹੜਾ ਕਾਰਨੀਆ ਜਿੱਤੇ ਸਾਡੀ ਯਾ ਰੈਟੀਨਾ ਉਸਦੇ ਪਿੱਛੇ। ਸੋ ਇੱਕ ਕਾਰਨੀਅਲ ਅਲਸਰ ਹੋ ਜਾਂਦਾ ਹੈ। ਇਹ ਜਿਹੜਾ ਇਹਨੂੰ ਹੋਇਆ ਉਹ ਕਾਰਨੀਅਲ ਅਲਸਰ ਨਾਮ ਦੀ ਬਿਮਾਰੀ ਹੋ ਜਾਂਦੀ ਹੈ। ਅਲਸਰ ਮੀਨ ਜ਼ਖਮ। ਜੀ। ਸੋ ਕਾਰਨੀਆ ਤੇ ਜ਼ਖਮ ਹੋ ਗਿਆ। ਕਿਉਂ ਜ਼ਖਮ ਹੋਇਆ ਰੜਕ ਲੱਗੀ। ਉਸ ਰੜਕ ਨੂੰ ਦੇਖੋ ਇਹਦਾ ਇਲਾਜ ਪਰਮਾਤਮਾ ਨੇ ਸਾਨੂੰ ਦਿੱਤਾ ਹੋਇਆ ਸਾਨੂੰ ਸਮਝ ਨਹੀਂ ਆ ਉਹ ਸਾਡੀ ਗਲਤੀ ਹੈ ਪਰਮਾਤਮਾ ਨੇ ਦੋਨੋਂ ਅੱਖਾਂ ਦੀ ਮੂਵਮੈਂਟ ਰਿਦਮਿਕ ਬਣਾਈ ਹੈ ਜੇ ਇਸ ਅੱਖ ਨੂੰ ਰਗੜਾਂਗੇ ਤਾਂ ਆਰਾਮ ਇਹਨੂੰ ਆਣਾ ਹੈ ਅੱਛਾ ਪਰ ਲੋਕੀ ਕਰਦੇ ਆਪੋਜ਼ਿਟ ਹੈ ਜਿਸ ਅੱਖ 'ਚ ਰੜਕਿਆ ਉਹਨੂੰ ਰਗੜ ਦਿੰਦੇ ਮੈਂ ਉਹੀ ਸਮਝਾ ਰਿਹਾ ਕਿ ਪਰਮਾਤਮਾ ਨੇ ਸਾਨੂੰ ਇਹ ਨਿਯਮਤ ਬਖਸ਼ੀ ਹੈ ਲੇਕਿਨ ਸਾਨੂੰ ਪਤਾ ਨਹੀਂ ਹੈ ਇਸ ਨਾ ਪਤਾ ਜਾਣਕਾਰੀ ਦੇ ਭਾਵ ਦੇ ਕਾਰਨ ਅਸੀਂ ਜੇ ਤੁਹਾਡੇ ਅੱਖ 'ਚ ਕੁਝ ਪੈ ਜਾਏ ਮਿੱਟੀ ਘਟਾ ਮਤਲਬ ਜਿਹੜੇ ਇੰਡਸਟਰੀਅਲ ਵਰਕਰ ਨੇ ਉਹਨਾਂ ਦਾ ਐਕਸਪੋਜ਼ ਰਿੰਦਾ ਬੜਾ ਤੇ ਜੇ ਇਹ ਸਖ ਚ ਕੁਝ ਪੈ ਜਾਏ ਤੇ ਖਬਰਦਾਰ ਤੁਸੀਂ ਜੇ ਇਹਨੂੰ ਹੱਥ ਲਾਇਆ ਇਹ ਸਖ ਨੂੰ ਹੱਥ ਨਹੀਂ ਲਗਾਣਾ ਦੂਜੀ ਅੱਖ ਨੂੰ ਤੁਸੀਂ ਔਰ ਕਾਲਾ ਹਿਸਾਬ ਵੀ ਬਚਾਣਾ ਤੇ ਜਾਂ ਤਾਂ ਇਸ ਕੋਨੇ ਚ ਲਿਆਓ ਉਹਨੂੰ ਮਲ ਮਲ ਕੇ ਐਦਾਂ ਮਲ ਮਲ ਕੇ ਚੀਜ਼ ਨੂੰ ਇੱਧਰ ਲਿਆਓ ਜਾਂ ਇਹ ਮਲ ਮਲ ਕੇ ਇਸ ਕੋਨੇ ਚ ਲਿਆਓ ਦੋਨੋਂ ਇੱਕੋਨੇ ਚ ਲਿਆਓ ਤਾਂ ਇੱਥੇ ਚਾਹੇ ਸਾਫ ਸੁਥਰਾ ਰੁਮਾਲ ਜਾਂ ਕੋਈ ਗੋਜ ਪੱਟੀ ਵਾਲਾ ਪੀਸ ਹੋਵੇ ਸਾਫ ਸੁਥਰੇ ਉਹ ਸਪੀਸ ਨਾਲ ਕੱਢ ਦਿਓ ਬੜਾ ਇਜ਼ੀ ਹੈ ਇੱਕ ਤਾਂ ਕਾਲਾ ਹਿੱਸਾ ਬਚ ਗਿਆ ਦੇਖੋ ਅਸੀਂ ਇਹ ਅੱਖ ਦਾ ਜਦੋਂ ਚਿੱਟੇ ਹਿੱਸੇ 'ਚ ਆ ਗਿਆ ਫਿਰ ਖਤਰਾ ਕੋਈ ਨਹੀਂ ਹੈ ਜੇ ਜਿਹਦੇ ਤੁਹਾਡੀ ਫੋਰਨ ਬਾਡੀ ਹੈ ਜਾਂ ਕੋਈ ਵੀ ਇੰਜਰੀ ਹੈ ਜੇ ਉਹ ਚਿੱਟੇ ਹਿੱਸੇ ਤੇ ਆ ਜਾ ਫਿਰ ਖਤਰਾ ਹੀ ਖਤਮ ਹੈ ਚਿੱਟੇ ਹਿੱਸੇ 'ਚ ਆ ਜਾਏ ਤਾਂ ਕੱਢ ਲਓ ਐਨਾ ਸੌਖਾ ਇਲਾਜ ਹੈ ਇਸ ਤੋਂ ਬਚਨ ਇਸ ਤੋਂ ਬਚਨ ਲਈ ਜੇ ਅਸੀਂ ਲੇਜ਼ਰ ਵਾਲ ਜਾਈਏ ਅਸੀਂ ਲੈਂਸ ਲਗਾਈਏ ਇਹ ਕੁਦਰਤ ਦੇ ਨਿਯਮਾਂ ਨਾਲ ਖਿਲਵਾੜ ਹੈ ਤੇ ਮੈਂ ਇਹਨੂੰ ਰეკਮੈਂਡ ਨਾ ਕਰਾਂਗਾ ਔਰ ਤੁਸੀਂ ਦੇਖੋ ਜੇ ਦੀ ਐਨੇ ਵਧੀਆ ਐਕਟਰਸ ਦੀ ਜਿਹਨੂੰ ਇਲਾਜ ਦੀ ਕੋਈ ਕਮੀ ਨਹੀਂ ਹੈ ਜਿਨ੍ਹਾਂ ਕੋਲ ਅਰਬਰ ਪੈਨੇ ਉਹਨਾਂ ਦੀ ਅੱਖ ਜੇ ਨੁਕਸਾਨ ਹੋ ਜਾਂਦਾ ਹੈ ਤੇ ਆਮ ਜਨਤਾ ਵੀ ਕਿਹੜੇ ਮੁੱਲੀ ਦੀ ਜੀ ਸੋਸਾਤਰ ਦੇਖ ਨੂੰ ਆਂਦੇ ਕਿ ਜਿਹੜੇ ਕੀ ਆ ਫੇਮਸ ਸੈਲਿਬ੍ਰਿਟੀ ਹੁੰਦੇ ਨੇ ਇਹਨਾਂ ਨੂੰ ਜਿਹੜੇ ਲੋਕ ਨੇ ਪਸੰਦ ਕਰਦੇ ਨੇ ਫਿਰ ਇਹਨਾਂ ਵਰਗੀ ਜਿਹੜੀ ਆ ਆਪਣੀ ਲੁੱਕ ਬਣਾਉਣ ਨੂੰ ਤਰਜੀਹ ਦਿੰਦੇ ਹੈਗੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਕਿ ਇਸ ਦਾ ਕੀ ਨੁਕਸਾਨ ਹੈਗਾ ਆ ਹਰੇਕ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਸਚਾਈ ਤਾਂ ਜਾਣ ਜਾਂਦੇ ਆ ਕਿ ਇਹਦਾ ਜਿਹੜਾ ਕਿ ਚੰਗਾ ਪਹਿਲੂ ਕੀ ਪਰ ਮਾੜਾ ਕੀ ਹੈ ਉਹ ਨਹੀਂ ਪਤਾ ਹੁੰਦਾ ਬਿਲਕੁਲ ਤੁਹਾਡੀ ਗੱਲ ਬਹੁਤ ਜਾਇਜ਼ ਹੈ ਅਸੀਂ ਲਾਲ ਵਾਲਾਂ ਵਾਲੀ ਚਿੱਟੇ ਵਾਲਾਂ ਵਾਲੀ ਭੂਰੇ ਵਾਲਾਂ ਵਾਲੀ ਹਰੇ ਨੀਲੇ ਵਾਲਾਂ ਦਾ ਫੈਸ਼ਨ ਪਹਿਲਾਂ ਫੋਰਨ ਬਾਲੀਵੁੱਡ ਤੇ ਹਾਲੀਵੁੱਡ 'ਚ ਦੇਖਿਆ ਕਰਦੇ ਸੀ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਤੁਸੀਂ ਕਲਰ ਕਰਨੇ ਇੱਕ ਵਾਰੀ ਸ਼ੁਰੂ ਕਰ ਦਿੱਤੇ ਤਾਂ ਇਹ ਤਾਂ ਥੱਲੋਂ ਚਿੱਟੇ ਨਿਕਲ ਆਣੇ ਤੁਹਾਡਾ オリジナル ਕਲਰ ਜਾਣਾ ਹੀ ਜਾਣਾ ਹੈ ਸੋ ਇਹ ਕੁਦਰਤ ਨਾਲ ਖਿਲਵਾੜ ਨਹੀਂ ਅਸੀ ਕਰਨਾ ਸੋ ਜੋ ਪਰਮਾਤਮਾ ਨੇ ਨਿਯਮਤ ਬਖਸ਼ਿਆ ਉਹਨੂੰ ਉਦਾਂ ਹੀ ਰੱਖੋ ਨਾ ਲੈਂਸ ਲਗਾਓ ਨਾ ਲੇਜ਼ਰ ਕਰਾਓ ਇਹਨੂੰ ਐਨਕ ਉਦਾਂ ਹੀ ਲਗਾਓ ਐਨਕ ਲਗਾਣਾ ਮੈਂ ਤੁਹਾਨੂੰ ਦੱਸ ਰਿਹਾ ਐਨਕ ਦੇ ਫਰੇਮ ਤੁਸੀਂ ਰੋਜ਼ ਹਰ ਚੌਥੇ ਦਿਨ ਨਵਾਂ ਬਦਲ ਲਓ ਕੋਈ ਗੱਲ ਨਹੀਂ ਜੇ ਤੁਹਾਨੂੰ ਸ਼ੌਕ ਹੈ ਹਰ ਤਿੰਨ ਮਹੀਨੇ ਬਾਅਦ ਐਨਕ ਦੀ ਸ਼ੇ ਬਦਲ ਲਓ ਔਰ ਕਲਰਡ ਐਨਕਾ ਵੀ ਆ ਜਾਂਦੀ ਹੈ ਫੋਟੋक्रोਮ ਵੀ ਆਂਦੇ ਨੇ ਹੁਣ ਮੈਂ ਫੋਟੋक्रोਮ ਲਗਾਏ ਨੇ ਬਾਹਰ ਜਾਂਦੇ ਕਾਲੇ ਹੋ ਜਾਂਦੇ ਨੇ ਇਹਦਾ ਫਾਇਦਾ ਹੈ ਮੈਨੂੰ ਮੈਨੂੰ ਵਿਜਨ ਰੋਸ਼ਨੀ ਚ ਵੀ ਫਾਇਦਾ ਹੈ ਤੇ ਅੰਦਰ ਝਟੇ ਹੋ ਜਾਂਦੇ ਨੇ ਇਹ ਤੁਸੀਂ ਬੜੇ ਇਹਦੇ ਨਾਲ ਐਕਸਪੈਰੀਮੈਂਟ ਕਰ ਸਕਦੇ ਹੋ ਲੇਕਿਨ ਅੱਖ ਨੂੰ ਮਲਣਾ ਨਹੀਂ ਹੈ ਲੈਂਸ ਲਗਾਉਣ ਦਾ ਸਹੀ ਤਰੀਕਾ ਇਸਤੇਮਾਲ ਕਰਨਾ ਹੈ ਤੇ ਲੇਜ਼ਰ ਤੋਂ ਦੂਰ ਰਹਿਣਾ ਹੈ ਪਰ ਬਹੁਤ ਸਾਰੇ ਕੇਸਾਂ ਦੇ ਵਿੱਚ ਇਹ ਵੀ ਡਾਕਟਰ ਸਾਹਿਬ ਆਇਆ ਕਿ ਜਦੋਂ ਕੋਈ ਬੰਦਾ ਕਿਸੇ ਡਾਕਟਰ ਦੇ ਨਾਲ ਸਲਾਹ مشورہ ਕਰਦਾ ਹੈ ਉਹ ਸੁਜੈਸਟਾ ਕਰਦੇ ਨੇ ਕਿ ਤੁਸੀਂ ਲੇਜ਼ਰ ਦੇ ਨਾਲ ਜਿਹੜਾ ਕਿ ਲੈਂਸ ਲਗਵਾ ਸਕਦੇ ਨੇ ਪਰ ਇਹਦਾ ਕੀਮੇ ਆਪਾਂ ਜਿਹੜਾ ਕਿ ਧਿਆਨ ਰੱਖਣਾ ਹੈ ਕਿਹੜੀਆਂ ਗੱਲਾਂ ਨੂੰ ਜਿਹੜਾ ਕਿ ਧਿਆਨ ਦੇ ਵਿੱਚ ਰੱਖਣਾ ਉਹ ਕਿੰਨਾ ਕਿਤੇ ਇਗਨੋਰ ਹੋ ਜਾਂਦੀ ਹੈ ਇਹ ਬਹੁਤ ਇੰਪੋਰਟੈਂਟ ਹੈ जिन्ने ਵੀ ਯੰਗ ਬੱਚੇ ਨੇ 레이జర్ ਕਰਵਾਣ ਦੇ ਚਾਹਵਾਨ ਨੇ ਸਭ ਤੋਂ ਪਹਿਲਾਂ ਡਾਕਟਰ ਕੋਲ ਜਾਣ ਔਰ ਆਪਣੀ ਅੱਖਾਂ ਦਾ ਰੂਟੀਨ ਚੈੱਕਅਪ ਕਰਾਣ। ਦੇਖੋ ਮੇਰੀ ਇੱਕ ਪੇਸ਼ੈਂਟ ਮੇਰੇ ਕੋਲ ਆਇਆ ਥੋੜੇ ਦਿਨ ਪਹਿਲਾਂ। ਉਹਨਾਂ ਨੇ 레이జర్ ਕਰਾਇਆ ਤੇ ਸਿਰਦਰਦ ਰਹਿਣ ਲੱਗਾ ਬੜਾ ਤਿੱਖਾ। ਸਿਰਦਰਦ ਰਹਿਣ ਲੱਗਾ ਪਹਿਲਾਂ ਮੈਨੂੰ ਫੋਨ ਆਇਆ ਮੈਂ ਕਿਹਾ ਜੀ ਨਹੀਂ ਤੁਸੀਂ ਆਓ ਚੈੱਕਅਪ ਹੋਏਗਾ। ਚੈੱਕਅਪ ਕੀਤਾ ਤੇ ਉਹਨਾਂ ਦੇ ਅੱਖ ਦੇ ਅੰਦਰ ਟੈਨਸ਼ਨ ਵੱਧ ਗਈ ਸੀ ਔਰ ਉਹਨਾਂ ਨੂੰ ਗਲਕੋਮਾ ਔਰ ਗਲਕੋਮਾ ਲੇਜ਼ਰ ਤੋਂ ਪਹਿਲਾਂ ਦਾ ਸੀ ਉਹਨਾਂ 'ਚ ਲੇਜ਼ਰ ਕਰਵਾਣ ਨਾਲ ਉਹ ਉੱਭਰ ਆਇਆ ਔਰ ਸਿੰਪਟਮ ਦੇਣ ਲੱਗ ਗਿਆ ਪਹਿਲਾਂ ਉਹ ਸਿੰਪਟਮਸ ਨਹੀਂ ਸੀ ਦੇ ਰਿਹਾ ਗਲਕੋਮਾ ਕੀ ਹੁੰਦਾ ਇਹਨੂੰ ਵੀ ਅਸੀਂ ਸਮਝਾ ਦਿੰਨਾ ਅੱਖ ਦੇ ਦੋ ਤਰ੍ਹਾਂ ਦੇ ਮੋਤੀਆ ਹੁੰਦੇ ਨੇ ਇੱਕ ਚਿੱਟਾ ਤੇ ਕਾਲਾ ਜਿਹੜਾ ਕਾਲਾ ਮੋਤੀਆ ਉਹਨੂੰ ਗਲਕੋਮਾ ਕਹਿੰਦੇ ਆ ਅੱਛਾ ਉਹਦੇ 'ਚ ਸਿਰ ਦਰਦ ਹੁੰਦਾ ਹੈ ਤੇ ਅੱਖਾਂ ਦੇ ਅੰਦਰ ਦਾ ਪ੍ਰੈਸ਼ਰ ਵੱਧ ਜਾਂਦਾ ਹੈ ਔਰ ਉਹਦੀ ਸਾਰੀ ਉਮਰ ਦਵਾਈ ਪਾਣੀ ਪੈਂਦੀ ਫਿਰ ਸਾਰੀ ਉਮਰ ਇਹ ਐਨੀ ਖਤਰਨਾਕ ਬਿਮਾਰੀਆਂ ਨੇ ਅੱਖਾਂ ਦੀਆਂ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਪਹਿਲੇ ਆਪਣੀ ਅੱਖਾਂ ਦਾ ਰੂਟੀਨ ਚੈੱਕਅਪ ਕਰਾਓ ਇਹ ਇੰਨਾ ਕੱਦ ਤੱਕ ਹੈਗਾ ਕਿ ਲੈਂਸਪਾਂ ਦੇ ਨਾਲ ਨਿਗਾਹ ਸਾਰੀ ਉਮਰ ਲਈ ਜਾ ਸਕਦੀ ਹੈ ਬਿਲਕੁਲ ਜੀ ਕੋਰ ਦੇਖੋ ਮੇਰੀ ਗੱਲ ਸੁਣੋ ਕੋਰਨੀਆ ਉਹਦੇ ਤੇ ਅਲਸਰ ਹੋ ਗਿਆ ਇਹ ਤਾਂ ਜ਼ਖਮ ਹੈ ਨਾ ਕੋਈ ਜ਼ਖਮ ਤੁਸੀਂ ਪੈਰ ਕੱਟਨੇ ਪੈ ਜਾਂਦੇ ਨੇ ਜ਼ਖਮ ਨਾਲ ਉਦਾਂ ਹੀ ਅੱਖ ਹੈ ਜ਼ਖਮ ਇੱਕ ਵਾਰੀ ਡੈਮੇਜ ਹੋ ਗਈ ਜੇ ਕੰਟਰੋਲ ਨਾ ਹੋਇਆ ਤਾਂ ਬਹੁਤ ਅੱਖ ਤਾਂ ਸਭ ਤੋਂ ਸੈਂਸਿਟਿਵ ਆਰਗਨ ਹੈ ਇਹ ਤਾਂ ਨਾਜ਼ੁਕ ਆਰਗਨਾਈਜ਼ ਗਿਣਿਆ ਜਾਂਦਾ ਇਹਨੂੰ ਤਾਂ ਬਚਾ ਔਰ ਐਕਸਪੋਜ਼ਡ ਵੀ ਹੈ ਇਸ ਕਰਕੇ ਇਹਨੂੰ ਬਚਾ ਕੇ ਰੱਖਣਾ ਬਹੁਤ ਜ਼ਿਆਦਾ அவਸ਼ਕ ਹੈ ਤੋ ਰੈਟੀਨਲ ਡੈਮੇਜ ਦੇ ਬੜੇ ਕੇਸਸ ਆਉਂਦੇ ਨੇ ਤੇ ਕੋਰਨੀਅਲ ਅਲਸਰ ਦੇ ਬੜੇ ਕੇਸਸ ਆਉਂਦੇ ਨੇ ਕੋਰਨੀਅਲ ਅਲਸਰ ਦਾ ਕਾਰਨ ਐਕਸਟਰਨਲ ਇੰਜਰੀ ਹੈ ਜੇ ਤੁਹਾਨੂੰ ਕੋਈ ਇੰਜਰੀ ਹੁੰਦੀ ਹੈ ਕਦੀ ਅੱਖ ਨੂੰ ਨਾ ਮਲੋ ਇਹ ਅੱਜ ਗੱਲ ਗੰਡ ਬਣ ਲਓ ਤਾਂ ਸਾਰੀ ਜ਼ਿੰਦਗੀ ਤੁਸੀਂ ਅੱਖਾਂ ਦੀ ਬਿਮਾਰੀਆਂ ਤੋਂ ਚੋਟਾਂ ਵਾਲੀ ਬਿਮਾਰੀਆਂ ਤੋਂ ਬਚ ਸਕੇ ਉਮੀਦ ਕਰਦੇ ਹਾਂ ਕਿ ਜੋ ਅਸੀਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਹਾਡੀ ਜਿਹੜੀ ਹੈ ਜਾਣਕਾਰੀ ਦੇ ਵਿੱਚ ਵਾਧਾ ਕਰੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਜਿਹੜੇ ਚਾਹਵਨ ਹੈਗੇ ਨੇ ਯੂਥ ਲੇਜ਼ਰ ਲੈਂਸ ਜਿਹੜੇ ਕੀ ਕਰਵਾਉਂਦੇ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਤਾਂ ਕਿ ਉਹਨਾਂ ਦੇ ਨਾਲ ਜਿਹੜਾ ਕਿ ਕੋਈ ਵੀ ਜਿਹੜਾ ਨੁਕਸਾਨ ਨਾ ਹੋਵੇ ਸੋ ਵਿਦਿਆਪਿਤਲੀ ਜੁੜੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਦਾ ਪਰਵਿੰਦਰ ਚੰਡੀਗੜ੍ਹ